सुनो तुसी किस सपोज एग्जाम्पल दे तौर दे उपर तुसी कहने हो भी जिहड़े आम आदमी क्लीनिक ने उहदे इश्तिहार दी आपां इक एग्जाम्पल दे तौर ते गल करिए सुन तां लो इकण भाई साहब सुन तां लो जे ਉਹ ਇਸ਼ਤਿਹਾਰ ਇਸ ਕਰਕੇ ਜ਼ਰੂਰੀ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ ਨੇ ਜਿਹੜੇ ਉਹ ਖੁੱਲ੍ਹਣੇ ਸ਼ੁਰੂ ਹੋ ਗਏ ਲੋਕ ਉੱਥੇ ਜਾ ਕੇ ਇਲਾਜ ਕਰਾਉਣਾ ਸ਼ੁਰੂ ਕਰਨ ਜੇ ਐਡਵਰਟਾਈਜ਼ਮੈਂਟ ਹੋਊਗੀ ਕਿਸੇ ਕੰਮ ਦੀ ਹੋਊਗੀ ਮੈਂ ਕਲੀਨਿਕਾਂ ਦੀ ਗੱਲ ਨਹੀਂ ਕਰ ਰਿਹਾ ਜੀ ਮੈਂ ਹੋਰ ਕਿਹਦੀ ਗੱਲ ਸਰਕਾਰ ਹੋਰ ਵੀ ਜਿਹੜੇ ਇਸ਼ਤਿਹਾਰ ਨੇ ਜਿਵੇਂ ਕਿਸੇ ਵੀ ਚੀਜ਼ ਦੇ ਵਿੱਚ ਵਾਧਾ ਕੀਤਾ ਗਿਆ ਬਜਟ ਦੇ ਵਿੱਚ ਸਾਰੇ ਇਸ਼ਤਿਹਾਰ ਲੱਗ ਸਾਫ ਰਹੇ ਨੇ ਬਾਕੀ ਨੈਸ਼ਨਲ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਸਾਫ ਰਹੇ ਨੇ ਕਿ ਉਹਨਾਂ ਦੀ ਫਜ਼ੂਲ ਖਰਚੀ ਨਹੀਂ ਹੈਗਾ ਉਹਨਾਂ ਨਹੀਂ ਨਹੀਂ ਤੁਸੀਂ ਕਿਵੇਂ ਕਹਿ ਸਕਦੇ ਫਜ਼ੂਲ ਖਰਚੀ ਜੇ ਸਰਕਾਰ ਕੋਈ ਕੰਮ ਕਰ ਰਹੀ ਹੈ ਤੇ ਸਰਕਾਰ ਨੇ ਆਪਦੇ ਕੰਮ ਤਾਂ ਐਡਵਰਟਾਈਜ਼ ਕਰਨੇ ਹੀ ਨੇ ਜੇ ਸਰਕਾਰ ਨੇ ਕੰਮ ਐਡਵਰਟਾਈਜ਼ ਕਰਨੇ ਨੇ ਤਾਂ ਹੀ ਲੋਕਾਂ ਨੂੰ ਉਹ ਵਿਸ਼ਵਾਸ ਹੋਊਗਾ ਕਿ ਸਾਡੇ ਹੁਣ ਅਸੀਂ ਇਹ ਸਪੋਜ਼ 26000 ਨੌਕਰੀਆਂ ਦੀ ਗੱਲ ਕਰਦੇ ਆ ਇਸ਼ਤਿਹਾਰ ਦਿੰਨੇ ਆ ਤੇ ਇਹਦੇ ਨਾਲ ਲੰਬੇ ਸਮੇਂ ਤੋਂ ਜਿਹੜਾ ਲੋਕਾਂ ਦਾ ਨੌਜਵਾਨ ਮੁੰਡੇ ਕੁੜੀਆਂ ਦਾ ਵਿਸ਼ਵਾਸ ਟੁੱਟ ਚੁੱਕਿਆ ਸੀਗਾ ਸਰਕਾਰ ਦੇ ਉੱਪਰ ਵੀ ਸਿਰ ਨੌਕਰੀ ਨਹੀਂ ਮਿਲਣੀ ਹੈਗੀ ਉਹਨਾਂ ਦਾ ਵਿਸ਼ਵਾਸ ਵੱਜਣਾ ਸ਼ੁਰੂ ਹੋਊਗਾ ਉਹ ਆਪਦੇ ਪੜ੍ਹਾਈਆਂ ਵੱਲ ਆਪਦੇ ਟੈਸਟਾਂ ਵੱਲ ਧਿਆਨ ਦੇਣਗੇ ਸੋ ਇਸ ਕਰਕੇ ਸਰਕਾਰ ਆਪਦੇ ਕੰਮ ਤਾਂ ਜਿਹੜੇ ਹੈਗੇ ਉਹ ਉਪਲਬਧੀਆਂ ਕਰਦੀ ਹੁੰਦੀ ਆ ਹਾਂ ਜਿਹੜੀਆਂ ਮਹਾਨ ਤੇ ਪਵਿੱਤਰ ਰੂਹਾਂ ਸਾਡੇ ਕੋਲੋਂ ਵਿਛੜ ਚੁੱਕੀਆਂ ਉਹਨਾਂ ਨੂੰ ਆਪੋ ਆਪਣੀ ਸ਼ਰਧਾ ਦੇਣ ਦਾ ਜਿਹੜਾ ਉਹ ਤਰੀਕਾ ਡੋਣ ਹੁੰਦਾ ਮੈਂ ਜੇ ਆਪਦੇ ਫਾਦਰ ਦੀ ਗੱਲ ਵੀ ਕਰਾਂ ਮੈਂ ਆਪਦੇ ਫਾਦਰ ਦੀ ਬਰਸੀ ਦੇ ਉੱਪਰ ਮੈਂ ਕਦੇ ਪੋਲੀਟੀਕਲ ਫੰਕਸ਼ਨ ਨਹੀਂ ਕੀਤਾ ਮੈਂ ਕਰ ਨਹੀਂ ਸਕਦਾ ਮੈਂ ਉਹ ਨਹੀਂ ਕਰਦਾ ਹੈਗਾ ਮੈਂ ਹਰ ਸਾਲ 22 ਸਾਲ ਹੋ ਗਏ ਮੈਂ ਆਪਦੇ ਫਾਦਰ ਦੀ ਯਾਦ ਦੇ ਵਿੱਚ ਡੈਂਟਲ ਤੇ ਮੈਡੀਕਲ ਕੈਂਪ ਲਾਉਣਾ ਆਪਦੇ ਡੈਂਟਲ ਕਾਲਜ ਦੇ ਵਿੱਚ ਪੰਜਾਬੀ ਏਕਤ ਜਨ ਲੇਖ ਰਹੇ ਸਾਰੇ ਦ੍ਰਿਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੁਕਤ ਦੀ ਵੱਡੀ ਖਬਰ ਚੰਡੀਗੜ੍ਹ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਵੇਗਾ ਇਸ ਦੇ ਲਈ ਪੰਜਾਬ ਅਤੇ ਹਰਿਆਣਾ ਵਿਚਾਲੇ ਸਹਿਮਤੀ ਬਣ ਗਈ ਹੈ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਮੀਟਿੰਗ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਵੇਗਾ ਪੰਜਾਬ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਆਫ ਘਪਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਤੇ ਸਹਿਮਤੀ ਜਤਾ ਚੁੱਕੀ ਪੰਜਾਬ ਸਰਕਾਰ ਨੇ ਆਪਣਾ ਫੈਸਲਾ ਬਦਲ ਲਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਮਲੇ ਦੀ ਜਾਂਚ ਸੂਬੇ ਦੀਆਂ ਏਜੰਸੀਆਂ ਤੋਂ ਹੀ ਕਰਾਉਣ ਦਾ ਫੈਸਲਾ ਕੀਤਾ ਹੈ ਵਾਲਮੀਕਿ ਸਮਾਜ ਦੇ ਨੇਤਾਵਾਂ ਨਾਲ ਸੀਐਮ ਮਾਨ ਦੀ ਬੈਠਕ ਹੋਈ ਜਿਸ ਵਿੱਚ ਸਮਾਜ ਨੇ ਮੰਗ ਕੀਤੀ ਸੀ ਕਿ ਸਕਾਲਰਸ਼ਿਪ ਮਾਮਲੇ ਦੀ ਜਾਂਚ ਬਾਹਰੀ ਏਜੰਸੀ ਨੂੰ ਨਾ ਦਿੱਤੀ ਜਾਵੇ ਸੀਐਮ ਮਾਨ ਨੇ ਪੰਜਾਬ ਭਵਨ ਵਿੱਚ ਵਾਲਮੀਕਿ ਸਮਾਜ ਦੇ ਨੇਤਾਵਾਂ ਨਾਲ ਮੀਟਿੰਗ ਕੀਤੀ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਇਸ ਘਪਲੇ ਵਿੱਚ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀਆਂ ਏਜੰਸੀਆਂ ਆਪਣੇ ਪੱਧਰ ਤੇ ਸਮਰੱਥ ਹਨ ਇਸ ਲਈ ਜਾਂਚ ਸੀਬੀਆਈ ਜਾਂ ਕਿਸੇ ਹੋਰ ਕੇਂਦਰੀ ਏਜੰਸੀ ਦੇ ਹੱਥ ਵਿੱਚ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਐਕਸ਼ਨ ਵਿੱਚ ਦਿਖਾਈ ਦੇ ਰਹੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੰਤਰੀਆਂ ਵੱਲੋਂ ਵੀ ਕੋਈ ਨਾ ਕੋਈ ਐਲਾਨ ਕੀਤਾ ਜਾਂਦਾ ਹੈ ਤੇ ਹੁਣ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਕਿਹਾ ਕਿ ਪੰਜਾਬ ਵਿੱਚ 26000 ਤੋਂ ਵਧੇਰੇ ਖਾਲੀ ਅਸਾਮੀਆਂ ਭਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਇਹ ਉਹ ਕੰਮ ਹੈ ਜੋ ਪਹਿਲੀਆਂ ਸਰਕਾਰਾਂ ਵੋਟਾਂ ਤੋਂ 2-3 ਮਹੀਨੇ ਪਹਿਲਾਂ ਕਰਦੀਆਂ ਸਨ ਪਰ ਸਾਡੀ ਸਰਕਾਰ ਨੇ ਸ਼ੁਰੂਆਤ ਹੀ ਨੌਕਰੀਆਂ ਦੇਣ ਤੋਂ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਜਿਨ੍ਹਾਂ ਵਿਅਕਤੀਆਂ ਦੀਆਂ ਇੰਟਰਵਿਊਜ਼ ਹੋਈਆਂ ਅਸੀਂ ਉਹਨਾਂ ਨੂੰ ਵੀ ਕੰਸੀਡਰ ਕਰ ਰਹੇ ਹਾਂ ਕੱਚੇ ਮੁਲਾਜ਼ਮ ਨੂੰ ਪੱਕੇ ਕਰਨ ਲਈ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੀ ਅਗਵਾਈ ਵਿੱਚ ਕੈਬਨਿਟ ਦੀ ਇੱਕ ਸਬ ਕਮੇਟੀ ਬਣੀ ਹੈ ਸਿੱਖਿਆ ਫੂਡ ਸਪਲਾਈ ਤੇ ਹੋਰ ਮਹਿਕਮਿਆਂ ਵਿੱਚ ਵੀ ਜਲਦ ਹੀ ਵੱਧ ਤੋਂ ਵੱਧ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਜੇਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਤੇ ਬੋਲਦਿਆਂ ਕਿਹਾ ਕਿ ਜਿਨ੍ਹਾਂ ਨੇ ਹੰਕਾਰ ਵਿੱਚ ਆ ਕੇ ਕਿਹਾ ਸੀ ਕਿ ਅਸੀਂ ਬਿਕਰਮ ਮਜੀਠੀਆ ਦੇ ਪਰਚਾ ਕਰਵਾਇਆ ਹੈ ਉਹ ਮੇਰੇ ਨਾਲ ਸੈੱਲ 'ਚ ਮੌਜੂਦ ਸੀ ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀਆਂ 92 ਸੀਟਾਂ ਆਈਆਂ ਨੇ ਤਾਂ ਉਹਨਾਂ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕਈਆਂ ਦੀਆਂ 97 ਸੀਟਾਂ ਤੇ ਕਈਆਂ ਦੀਆਂ 100 ਸੀਟਾਂ ਹੀ ਆਈਆਂ ਨੇ ਪਰ ਅੱਜ ਉਹਨਾਂ ਦਾ ਹਾਲ ਬੁਰਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਮੋਹਾਲੀ ਚੰਡੀਗੜ੍ਹ ਨਾਂ ਲੱਗਦੇ ਨਿਊ ਚੰਡੀਗੜ੍ਹ ਦੇ ਦੌਰੇ ਤੇ ਆ ਰਹੇ ਹਨ ਪ੍ਰਧਾਨ ਮੰਤਰੀ ਮੋਦੀ ਇੱਥੇ ਹੋਮੀ ਭਾਬਾ ਕੈਂਸਰ ਹਸਪਤਾਲ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਤੇ ਹਨ ਉਹਨਾਂ ਦੀ ਸੁਰੱਖਿਆ ਸੰਬੰਧੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀਆਂ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ ਪ੍ਰਧਾਨ ਮੰਤਰੀ ਦੇ ਪਿਛਲੇ ਦੌਰੇ ਦੌਰਾਨ ਸੁਰੱਖਿਆ 'ਚ ਸੋਧ ਤੋਂ ਸਬਕ ਲੈਂਦੇ ਹੋਏ ਸੂਬੇ ਦੀ ਪੁਲਿਸ ਨੇ 5-ਲੇਅਰ ਸਿਕਿਉਰਿਟੀ ਪਲਾਨ ਵਿੱਚ 7000 ਤੋਂ ਜ਼ਿਆਦਾ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੈ ਗੈਂਗਸਟਰ ਲਾਰੈਂਸ ਹੁਣ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਪਕੜ ਵਿੱਚ ਆ ਗਿਆ ਹੈ ਲਾਰੈਂਸ ਨੂੰ ਸ਼ਨੀਵਾਰ ਨੂੰ ਬਟਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਲਾਰੈਂਸ ਨੂੰ ਉਸੇ ਰਸਤੇ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਜੱਜ ਅਦਾਲਤ ਵਿੱਚ ਜਾਂਦੇ ਹਨ ਪੁਲਿਸ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਲਾਰੈਂਸ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ ਹਾਲਾਂਕਿ ਉੱਥੇ ਮੌਜੂਦ AGTF ਨੇ ਉਸਦਾ ਟ੍ਰਾਂਜ਼ਿਟ ਰਿਮਾਂਡ ਲਿਆ ਹੈ ਜਿਸ ਤੋਂ ਬਾਅਦ ਉਸਨੂੰ ਮੋਹਾਲੀ ਲਿਆਂਦਾ ਗਿਆ ਇੱਥੇ ਉਸ ਤੋਂ ਗੈਂਗਸਟਰਾਂ ਨਾਲ ਜੁੜੇ ਕਈ ਮਾਮਲਿਆਂ ਵਿੱਚ ਪੁੱਛਗਿੱਛ ਕੀਤੀ ਜਾਵੇਗੀ ਫੂਡ ਸਪਲਾਈ ਡਿਪਾਰਟਮੈਂਟ ਵੱਲੋਂ ਲਿਆ ਗਿਆ ਫੈਸਲਾ ਤੁਹਾਡੇ ਨਾਲ ਸਾਂਝਾ ਕਰਨਾ
एक साडे अधिकारी ने फूड सप्लाई महकमे के अंदर डिप्टी डायरेक्टर मिस्टर राकेश कुमार सिंगला डिप्टी डायरेक्टर फूड सप्लाई महकमा पंजाब, मैं जिवें पहलों दस्या भी जिहड़े पंजाब सर्विस रूल्स के अंदर जिथे गए उथे साडा कोई मुलाजम पंजाब दा दूजे देश की नागरिकता नहीं लै सकता। अगर इस तहत वो दोषी पाया जाता, दोष सिद्ध होंदे आ तां जिहड़ियां व्यवस्थावां सजा दे रूप तय कीतियां उन्हां व्यवस्थावां ते अमल करना सरकार की एक जिम्मेवारी बनती है। सो यह सर्विस रूलों की वग्या सर्विस रूलों की वायोलेशन ये नहीं है कि उस ऑफिसर नूं समा नहीं दिता गया, बल्कि मैं थोड़ा जिहा ब्रीफ कर देवां। 2017 च इन्हां नूं चार्जशीट किया जाता और इस तों बाद एक बहुत ही जिम्मेवार रिटायर जज साहिबान वालों उन्हां नूं कारी सौंपी जाती है और रिटायर जज साहिबान वालों ते महकमे वालों ये दो साबित हो जाते हैं कि मिस्टर के सिंगले ने कनेडा की पी आर ली है और 29/1/19 नूं 2019 नूं ये दो साबित होंदे है और 2019 तो लैके अज तक ये पता नहीं क्यों इहदे उत्ते कोई अमल नहीं किया गया, क्यों रोके रखा गया, किन्हां दीआं हमदर्दियां किन्हां दी छतर साया थले ये सिलसिला जारी रहा। और हैरानगी दी गल है भी चार्जशीट दे दौरान भी इन्हां ने पी आर नहीं छड्डी, उहनूं कंटिन्यू रखिया। इस तों बाद दोषां दी कापी भी दित्ती जांदी है ते उहनां नूं निजी सुनवाई दा मौका दित्ता जांदा वी उह आ के अपना पक्ष रखण। इस समें दे दौरान भी ਉਹ ਨਿੱਜੀ ਸੁਣਵਾਈ ਦੇ ਦੌਰਾਨ ਹਾਜ਼ਰ ਨਹੀਂ ਹੋਇਆ, ਜਦੋਂ ਕਿ ਇਸ ਸਮੇਂ ਦੇ ਦੌਰਾਨ ਉਹ ਲਗਾਤਾਰ ਸਰਵਿਸ ਦੇ ਅੰਦਰ ਸੀਗਾ। ਸੋ ਇਸ ਕਰਕੇ ਅੱਜ ਇਹ ਫੈਸਲਾ ਕੀਤਾ ਕਿ ਇਹਨਾਂ ਨੂੰ ਪੰਜਾਬ ਸਰਵਿਸ ਰੂਲ ਦਾ ਜਿਹੜਾ ਇਹਨਾਂ ਨੇ ਅਵੱਗਿਆ ਕੀਤੀ ਹੈ ਉਹਨੂੰ ਧਿਆਨ 'ਚ ਰੱਖਦਿਆਂ ਜਿਹੜੀ ਰਿਟਾਇਰ ਜੱਜ ਸਾਹਿਬਾਨ ਨੇ ਇਨਕਾਰੀ ਕੀਤੀ ਔਰ ਦੋਸ਼ ਜਿਹੜੇ ਸਾਹਮਣੇ ਆਏ ਆ ਉਹਦੇ ਆਧਾਰ 'ਤੇ ਇਹਨਾਂ ਨੂੰ ਇਹਨਾਂ ਦੀਆਂ ਜਿਹੜੀਆਂ ਸਰਵਿਸ ਜਿਹੜੀ ਹੈਗੀ ਆ ਉਹਦੇ ਤੋਂ ਡਿਸਮਿਸ ਕੀਤਾ ਜਾਂਦਾ। ਜਿਹੜਾ ਇਹ ਆਪਣਾ ਸੰਗਰੂਰ ਦੇ ਵਿੱਚ ਇੱਕ MVA ਡਿਪਾਰਟਮੈਂਟ ਆ, ਠੀਕ ਹੈ, ਵੀ ਇਹ ਗੱਡੀਆਂ ਦੀ ਜਿਹੜੀ ਆਪਣਾ ਫਿਟਨੈਸ ਸਰਟੀਫਿਕੇਟ ਦੇਣਾ ਹੁੰਦਾ ਫੋਰ ਵੀਲਰ ਜਿਹੜੇ ਕਮਰਸ਼ੀਅਲ ਵਹੀਕਲਸ ਨੂੰ, ਵੀ ਉਹ ਇਹ ਪ੍ਰੋਸੀਜਰ ਉਹਦਾ ਇਹ ਆ ਵੀ ਗੱਡੀ ਫਿਜ਼ੀਕਲੀ ਇੱਥੇ ਆਊਗੀ, ਉਹਦੇ ਸਾਰੇ ਡਾਕੂਮੈਂਟਸ ਚੈੱਕ ਹੋਣਗੇ। ਬਟ ਜੋ ਸਾਨੂੰ ਪਤਾ ਲੱਗਿਆ ਵੀ ਇੱਥੇ ਕੋਈ ਗੱਡੀ ਨਹੀਂ ਆਉਂਦੀ ਸੀ, ਸੋ ਸਿਰਫ ਉਹ ਗੱਡੀ ਦੇ ਡਾਕੂਮੈਂਟਸ ਆਉਂਦੇ ਸੀਗੇ, RC ਆਉਂਦੀ ਸੀ ਅਤੇ ਨਾਲ ਬ੍ਰਾਈਬ ਮਨੀ ਆਉਂਦੀ ਸੀ ਪਰ ਗੱਡੀ ਦੇ ਹਿਸਾਬ ਨਾਲ। ਉਹ ਵੱਖ ਵੱਖ ਸਟੇਟ ਦੇ ਵੱਖ ਵੱਖ ਏਜੰਟ ਨੇ, ਉਹ ਆ ਕੇ ਇੱਥੇ ਟਾਈ ਅਪ ਕਰਦੇ ਸੀਗੇ। ਇੱਥੇ ਇੱਕ ਬੰਟੀ ਨਾਂ ਦਾ ਬੰਦਾ, ਇੱਕ ਸੁੱਖੀ ਨਾਂ ਦਾ ਬੰਦਾ, ਇਹ ਸਾਰੇ RTA ਜਿਹੜੇ ਹੈਗੇ ਨੇ ਆਪਣੇ ਹਰਿੰਦਰ ਗਿੱਲ ਉਹਦੇ ਨੇ ਰੱਖੇ ਹੋਏ ਸੀਗੇ ਬੰਦੇ, ਉਹਨਾਂ ਨੂੰ ਆ ਕੇ ਮਿਲਦੇ ਪੈਸੇ ਦਿੰਦੇ ਅਤੇ ਉਹਨਾਂ ਤੋਂ MVA ਤੋਂ ਫਿਟਨੈਸ ਸਰਟੀਫਿਕੇਟ 'ਤੇ ਸਾਈਨ ਕਰਾ ਕੇ ਲੈ ਜਾਂਦੇ ਅਤੇ ਇਹ ਸਾਨੂੰ ਸਾਰੀ ਇਨਫੋਰਮੇਸ਼ਨ ਮਿਲੀ ਸੀਗੀ। ਫਿਰ ਅਸੀਂ FAL ਲੌਜ ਕੀਤੀ, FAL ਲੌਜ ਕਰਕੇ ਤੁਸੀਂ ਉੱਥੇ ਰੇਡ ਕੀਤਾ, ਉੱਥੇ ਬਕਾਇਦਾ ਸਾਨੂੰ ਫਾਈਲਾਂ ਮਿਲੀਆਂ, 18 ਫਾਈਲਾਂ ਮਿਲੀਆਂ ਜਿਨ੍ਹਾਂ ਦੇ ਨਾਲ ਪੈਸੇ ਆਏ ਹੋਏ ਸੀਗੇ ਵੀ ਇਹ ਪੈਸੇ ਕਲੀਅਰ ਕਰਾਉਣ ਲਈ ਆਏ ਹੋਏ ਨੇ। ਸੋ ਇਹ ਸਾਰਾ ਇੱਕ ਇਹ ਸਕੈਮ ਇਹ ਅਸੀਂ ਅਨਰਥ ਕੀਤਾ।
किन्ने बंदे गिरफ्तार किए गए हैं तो उन्होंने को बरामद हो ये हूँ तक तीन बंदे गिरफ्तार हुए हैं तो उन्होंने को फाइल ने करीबन टोटल 40,000 रुपया कैश असी रिकवर कर लिया उन्होंने प्लस असी होर भी अपने कई फिट सर्टिफिकेट्स जो साइन किए हुए पुराने डेटा च पे ने वो भी असं मिल रहे और काफ़ी कुछ असं कर रहे हैं अगर ये राउंड अबाउट जो अभी तक इन्वेस्टिगेशन है भी 7-8 साल हो गए इसे रन करते हैं तो पर मंथ क्योंकि इन्होंने दो दिन ही सके अपना ये मंडे से थर्सडे से इन दिन जी पासिंग डे से तो करीबन ये 2,000 तो लैके 2,500 के राउंड अबाउट डिपेंड करता कहीं वे घट ये गड्डिया पास करते ब्राइब मनी राउंड अबाउट 40 लाख रुपया महीना ये कमाते सारे रल के। सर जेकर प्राइवेट एजेंटा की गल की किए एजेंट ये अपना जोड़े है अडड हूँ तक साढ़े को 8 to 10 एजेंट सामने आ गए हैं तो होर अगर इन्वेस्टिगेशन क्योंकि इन्होंने को कुछ पर्चिया मिली ने जितने उन्होंने छोटे ना लिखे से कोड वर्ड से लिखे से वो भी असं रिकवर कर ले हूँ जो इन्वेस्टिगेशन दौरान इन्होंने सारे नंबर देखा सीरीआर देखा क्योंकि इन्होंने को बड़े तरह के अड्ड तरह के आ गूगल पे करा लिया फोन पैसे ले लिया वो भी बड़ा कुछ है काफ़ी वाला स्कैम आ असं रिमांड लेके अगे इन्वेस्टिगेशन प्रॉपर करांगे। फिर टूरिज्म दे विच पंजाब नू पैरां सिर खड़ा करन लई बहुत कुछ किया जा सकता है तो करांगे हुण एक असी टूर प्लैन करांगे पूरे पंजाब का जिदे च हर एक जिन्नियां टूरिस्ट साडियां प्लेसिस ने पुराने किले ने साढ़े गुरु साहबाना नाल रिलेटड किले ने राजियां दे किले ने असी किस तरीके साढ़े वर्गा कल्चर साढ़े पंजाब वर्गी विरासत साढ़े पंजाब वर्गा पुराना इतिहास मैनू लगता दुनिया च इन्ना कुछ किसी कोल नहीं इन्ना वाइब्रेंट कल्चर चाहे साडा गिद्धा भंगड़े की गल कर लिए चाहे साडे हिस्टरी की गल कर लिए चाहे साडे हैरीटेज की गल कर लिए सो गल इह भी किसी ने उस चीज़ नूं दुनिया च दिखाया नहीं सी उस चीज़ नूं असीं पूरा मुआयना करके जिहड़ियां टॉप प्लेसिस ने उन्हां नूं पूरी दुनिया दे विच एडवरटाइज वधिया तरीके नाल करांगे जे नाल लगदा साडे राजस्थान इन्नी तरक्की कर सकदा है दुबई टूरिज्म दे सिर ते खड़ा हो सकदा कैनेडा वर्गे कंट्री है जिहड़े टूरिज्म सिरों खड़े ने ते जे हिम्मत होवे ते इरादा होवे ते पंजाब वर्गा जे इत्थे विकास करन ते आ जाईए पंजाब नूं इक टूरिज्म सिरों एक नवी नुहार नवी चहल पहल की जा सकती है तो बहुत वधिया तरीके नाल जिहड़े बाहरों सैलानी आकर्षित किए जा सकते हैं तो नौजवान ने जिहड़े साडे मेरे ख्याल च जे टूरिज्म डिवेलप हुंदा ते माहौल भी बदलदा इत्थे रहना पसंद भी करनगे।